ਪ੍ਰਾਈਮਰੀ ਦੇਖ ਰਹੇ ਚੈਨਲ ਦੇਖ ਰਹੇ ਸਰਕਾਰੀ ਸਾਰੇ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਦਾ ਮਤਲਬ ਸੁੱਤੀਆਂ ਸਰਕਾਰਾਂ ਨੂੰ ਜਗਾਉਣਾ ਸੁੱਤੇ ਪ੍ਰਸ਼ਾਸਨ ਨੂੰ ਜਗਾਉਣਾ ਜਿੱਥੇ ਗੱਲ ਕਰੀਏ ਕੂੜੇ ਦੀ ਬਟਾਲੇ ਵਿੱਚ ਜਗ੍ਹਾ ਜਗ੍ਹਾ ਦੇ ਕੂੜੇ ਢੇਰ ਲੱਗੇ ਨੇ ਬਹੁਤ ਮਾੜਾ ਹਾਲ ਹੋ ਰਿਹਾ ਬਟਾਲੇ 'ਚ ਕੂੜਾ ਚੁੱਕਿਆ ਨਹੀਂ ਜਾ ਰਿਹਾ ਲੇਕਿਨ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਆਪਾਂ ਕੂੜਾ ਮੁਕਤ ਕਰਨਾ ਦੰਪ ਬਣਾਉਣੇ ਆ ਕਈ ਹੋਰ ਉਪਰਾਲੇ ਕੀਤੇ ਜਾ ਰਹੇ ਲੇਕਿਨ ਕੂੜਾ ਉੱਥੇ ਦਾ ਉੱਥੇ ਹੀ ਆ ਸਿਰਫ ਪ੍ਰਸ਼ਾਸਨ ਦੇ ਖੋਖਲੇ ਦਾਅਵੇ ਨਜ਼ਰ ਆ ਰਹੇ ਆ ਲੇਕਿਨ ਇਹ ਦਾਅਵੇ ਆਪਾਂ ਉੱਥੇ ਨਹੀਂ ਖਤਮ ਕਰਨੇ ਅੱਜ ਅਸੀਂ ਪਹੁੰਚੇ ਹਾਂ ਬਟਾਲਾ ਦੇ ਪੁਲਿਸ ਸਟੇਸ਼ਨ 'ਤੇ ਸਿਟੀ ਥਾਣਾ ਦੇ ਜਿੱਥੇ ਤੁਹਾਨੂੰ ਇੱਕ ਇਹੋ ਜਿਹੀ ਮੰਜ਼ਰ ਵਿਖਾਉਂਦੇ ਹਾਂ ਜਿੱਥੇ ਕਿ ਵੂਮੈਨ ਸੈੱਲ ਦੇ ਵਿੱਚ ਬਾਹਰ ਕਈ ਫੈਸਲੇ ਹੁੰਦੇ ਨੇ ਕਈ ਪਿੰਡਾਂ 'ਚ ਲੋਕ ਆਉਂਦੇ ਨੇ ਲੇਡੀਜ਼ ਆਉਂਦੀਆਂ ਨੇ ਬੱਚੇ ਵੀ ਆਉਂਦੇ ਨੇ ਉਹਨਾਂ ਦੇ ਮੰਨ ਲਓ ਵੀ ਉਹਨਾਂ ਨੂੰ ਜੇ ਕਿਸੇ ਨੇ ਬਾਥਰੂਮ ਵਗੈਰਾ ਟੋਇਲਟ ਜਾਣਾ ਹੋਏਗਾ ਅਤੇ ਕਿੱਦਾਂ ਜਾਣ ਕੇ ਤੁਹਾਨੂੰ ਹਾਲਾਤ ਵਿਖਾਉਂਦੇ ਹਾਂ ਉੱਥੇ ਬਟਾਲਾ ਸਿਟੀ ਦੇ ਇੱਥੇ ਵੂਮੈਨ ਸੈੱਲ 'ਤੇ ਆਓ ਤਾਂ ਕੈਮਰਾਮੈਨ ਨੂੰ ਕਹਿੰਦਾ ਵੀ ਕੋਈ ਹਾਲਾਤ ਵਿਖਾਓ ਬਟਾਲਾ ਸਿਟੀ ਦੇ ਬਾਥਰੂਮ ਦੇ ਵੂਮੈਨ ਸੈੱਲ ਦੇ ਬਾਥਰੂਮ ਦਾ ਕਿੱਦਾਂ ਮਾੜਾ ਹਾਲ ਹੈ ਕਿੱਥੋਂ ਤੱਕ ਪ੍ਰਸ਼ਾਸਨ ਕਹਿੰਦੇ ਵੀ ਅਸੀਂ ਜਾਗ ਰਹੇ ਹਾਂ ਸੱਚ ਅਭਿਆਨ ਚੱਲ ਰਿਹਾ ਸਫਾਈ ਦਾ ਅਭਿਆਨ ਚੱਲ ਰਿਹਾ ਲੇਕਿਨ ਮੈਨੂੰ ਨਜ਼ਰ ਨਹੀਂ ਕਿਤੇ ਆ ਰਹੀ ਸਫਾਈ ਇਹ ਬਟਾਲੇ ਸਿਟੀ ਥਾਣੇ ਦੇ ਵੂਮੈਨ ਸੈੱਲ ਦਾ ਹਾਲ ਤੁਸੀਂ ਦੇਖੋ ਉਹਨਾਂ ਦੇ ਬਾਥਰੂਮ ਦਾ ਹਾਲ ਆ ਇਹ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਇੱਧਰ ਆ ਗਏ ਇੱਥੇ ਇੱਕ ਤਾਂ ਸ਼ਰਾਬ ਦੀਆਂ ਬੋਤਲਾਂ ਦੇ ਢੇਰ ਲੱਗੇ ਨੇ ਆ ਤੁਹਾਨੂੰ ਦਿਖਾ ਰਿਹਾ ਸ਼ਰਾਬ ਦੀਆਂ ਬੋਤਲਾਂ ਦੇ ਢੇਰ ਲੱਗੇ ਨੇ ਹੋਰ ਵੀ ਬਹੁਤ ਗੰਦਗੀ ਹੈ ਬਾਥਰੂਮ ਬਿਲਕੁਲ ਟੁੱਟਾ ਨਾ ਮਾਤਰ ਕੋਈ ਜਾ ਨਹੀਂ ਸਕਦਾ ਲੇਡੀ ਇੱਥੇ ਆਉਂਦੇ ਨੇ ਫੈਸਲੇ ਕਰਵਾਉਂਦੇ ਲੇਡੀ ਦੇ ਫੈਸਲੇ ਹੁੰਦੇ ਨੇ ਬੱਚੇ ਨਾਲ ਆਉਂਦੇ ਨੇ ਹੋਰ ਪਰਿਵਾਰਕ ਮੈਂਬਰ ਆਉਂਦੇ ਨੇ ਪਿੰਡਾਂ 'ਚ ਕਾਫੀ ਲੋਕ ਆਉਂਦੇ ਨੇ ਲੇਕਿਨ ਜੇ ਉਹਨਾਂ ਨੂੰ ਕਿਤੇ ਬਾਥਰੂਮ ਵਗੈਰਾ ਟੋਇਲਟ ਜਾਣਾ ਹੋਏ ਤਾਂ ਕਿੱਥੇ ਜਾਣਗੇ ਇੱਦਾਂ ਮਾੜਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਸਿਟੀ ਥਾਣੇ ਦੇ ਵੂਮੈਨ ਸੈੱਲ ਦਾ ਆ ਤੁਸੀਂ ਦੇਖ ਰਹੇ ਹੋ ਕਿੱਦਾਂ ਮਾੜਾ ਹਾਲ ਆ ਇੱਥੇ ਤਾਂ ਮੇਰਾ ਖੋਣਾ ਵੀ ਬਹੁਤ ਮਾੜਾ ਹਾਲ ਹੈ ਇੰਨੀ ਬਦਬੂ ਆ ਰਹੀ ਹੈ ਲੇਕਿਨ ਅਸੀਂ ਪਤਾ ਨਹੀਂ ਕਿੱਦਾਂ ਅਸੀਂ ਤਾਂ ਕਵਰ ਕਰ ਰਹੇ ਹਾਂ ਲੇਕਿਨ ਸਾਡਾ ਫਰਜ਼ ਬਣਦਾ ਵੀ ਅਸੀਂ ਪ੍ਰਸ਼ਾਸਨ ਦਿਖਾਈਏ ਪ੍ਰਸ਼ਾਸਨ ਨੂੰ ਦਿਖਾਈਏ ਵੀ ਜਿਹੜਾ ਤੁਸੀਂ ਪੈਸਾ ਕਿਤੇ ਭੇਜ ਰਹੇ ਹੋ ਆਪਾਂ ਵੂਮੈਨ ਸੈੱਲ ਦੀ ਜਾਂ ਕਿਤੇ ਵੀ ਲਾਉਣ ਵਾਸਤੇ ਬਟਾਲੇ ਨੂੰ ਸਵੱਛ ਕਰਨ ਵਾਸਤੇ ਕੂੜਾ ਮੁਕਤ ਕਰਨਾ ਸੀ ਲੇਕਿਨ ਉਹ ਕਿੱਥੇ ਜਾ ਰਿਹਾ ਇੰਨੇ ਢੇਰ ਲੱਗੇ ਬੋਤਲਾਂ ਇਹ ਬੋਤਲਾਂ ਕਿੱਥੋਂ ਆਉਂਦੀਆਂ ਨੇ ਅਤੇ ਕੌਣ ਦਿੰਦਾ ਇਹਨਾਂ ਨੂੰ ਇਹ ਤੁਸੀਂ ਭਲੀ ਭਲੀ ਜਾਣਦੇ ਹੋ ਆ ਮੈਂ ਹੋਰ ਹੁਣ ਅੰਦਰ ਕਿੰਨਾ ਮਾੜਾ ਹਾਲ ਹੈ ਇਸ ਬਾਥਰੂਮ ਦਾ ਇਹ ਵੂਮੈਨ ਸੈੱਲ 'ਚ ਤੁਸੀਂ ਦੇਖ ਰਹੇ ਹੋ ਵੀ ਕਿਤੇ ਵੀ ਕੋਈ ਪ੍ਰਬੰਧ ਨਹੀਂ ਨਾ ਪਾਣੀ ਦਾ ਪ੍ਰਬੰਧ ਹੈ ਨਾ ਕਿਤੇ ਕਿਸੇ ਚੀਜ਼ ਦਾ ਪ੍ਰਬੰਧ ਹੈ ਇੱਕ ਬਾਥਰੂਮ ਨੂੰ ਸਟੋਰ ਵਜੋਂ ਵਰਤਿਆ ਜਾ ਰਿਹਾ ਹੈ ਤੁਸੀਂ ਆਪ ਦੇਖ ਰਹੇ ਹੋ ਇੱਧਰ ਕਿੱਦਾਂ ਟੁੱਟੇ ਬੇਲ ਦੇ ਸਮਾਨ ਖਿਲ ਰਿਹਾ ਹੈ ਲੇਕਿਨ ਇਹਨਾਂ ਵੱਲ ਧਿਆਨ ਕਿਸ ਦਾ ਨਹੀਂ ਜਾ ਰਿਹਾ ਪੁਲਿਸ ਨੂੰ ਬਸ ਆਪਣੀ ਆਪ ਵੀ ਸਾਡੀ ਫੈਸਲਾ ਕਰ ਲਈਏ ਸਾਨੂੰ ਭੋਜਨਾ ਆਉਂਦਾ ਉਹ ਲੈ ਲਈਏ ਲੇਕਿਨ ਇੱਥੇ ਪੈਸੇ ਲਾਉਣਾ ਕਿਸੇ ਦਾ ਕੋਈ ਆਪਣਾ ਫਰਜ਼ ਨਹੀਂ ਸਮਝਦਾ ਵੀ ਜੇ ਬਾਈ ਚਾਂਸ ਇੱਥੇ ਲੇਡੀਜ਼ ਆਉਂਦੀਆਂ ਨੇ ਆਪਣੇ ਫੈਸਲੇ ਕਰਵਾਉਣ ਪਿੰਡਾਂ ਤੋਂ ਦੋ ਦੋ ਆਉਂਦੇ ਨੇ ਦੋ ਦੋ ਚਾਰ ਚਾਰ ਘੰਟੇ ਲੱਗ ਵੀ ਜਾਂਦੇ ਨੇ ਲੇਕਿਨ ਜੇ ਬਾਈ ਚਾਂਸ ਉਹਨਾਂ ਨੇ ਕਿਤੇ ਜਾਣਾ ਹੋਵੇ ਤਾਂ ਉਹ ਕਿੱਥੇ ਜਾਣਗੇ ਇਹ ਸੋਚਣ ਵਾਲੀ ਗੱਲ ਹੈ ਸਾਨੂੰ ਸਾਰਿਆਂ ਨੂੰ ਜਾਗਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਅਤੇ ਪ੍ਰਸ਼ਾਸਨ ਨੂੰ ਵੀ ਜਗਾਉਣਾ ਚਾਹੀਦਾ ਅਤੇ ਜਾਗਣਾ ਚਾਹੀਦਾ ਤਾਂ ਜੋ ਇਸ ਮਸਲਾ ਹੱਲ ਹੋ ਸਕੇ ਇੱਕ ਇਹ ਮਸਲਾ ਨਹੀਂ ਇਹੋ ਜਿਹੇ ਕਈ ਮਸਲੇ ਇਹੋ ਜਿਹੇ ਨੇ ਜਿਹੜੇ ਇੱਦਾਂ ਦੇ ਨੇ ਜੇ ਤੁਹਾਨੂੰ ਅਸੀਂ ਵਿਖਾਵਾਂਗੇ ਅਤੇ ਤਾਂ ਉਹਨਾਂ ਦੇ ਰੂਬਰੂ ਵੀ ਕਰਾਵਾਂਗੇ ਸੋ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਵੂਮੈਨ ਸੈੱਲ ਦੇ ਆ ਇਹ ਬਾਥਰੂਮ ਠੀਕ ਹੋਣੇ ਚਾਹੀਦੇ ਨੇ ਪ੍ਰਸ਼ਾਸਨ ਚਾਹੀਦਾ ਇਹਨਾਂ ਵੱਲ ਖਿਆਲ ਕਰਨਾ ਚਾਹੀਦਾ ਤਾਂ ਜੋ ਜਿਹੜੇ ਲੋਕ ਫੈਸਲੇ ਕਰਵਾਉਂਦੇ ਨੇ ਜਾਂ ਲੇਡੀਜ਼ ਆਉਂਦੇ ਨੇ ਪਿੰਡਾਂ ਤੋਂ ਲੋਕ ਆਉਂਦੇ ਨੇ ਜੈਂਟਸ ਵੀ ਆਉਂਦੇ ਨੇ ਉਹਨਾਂ ਦਾ ਕੁਝ ਬਾਥਰੂਮ ਵਗੈਰਾ ਜਾਣ ਦਾ ਪ੍ਰਬੰਧ ਕੀਤਾ ਜਾਏ ਅਸੀਂ ਇਸ ਬਾਰੇ ਉੱਚ ਅਧਿਕਾਰੀ ਨਾਲ ਗੱਲ ਵੀ ਕਰਾਂਗੇ ਵੀ ਕੀ ਕਹਿੰਦੇ ਉੱਚ ਅਧਿਕਾਰੀ ਇਸ ਬਾਰੇ ਇਸ ਬਾਥਰੂਮ ਬਾਰੇ ਇਸ ਟੋਇਲਟ ਬਾਰੇ ਵੀ ਠੀਕ ਉਹਨਾਂ ਨੇ ਕਰਾਉਣਾ ਜਾਂ ਕਿਹਨੇ ਕਰਾਉਣਾ ਅਤੇ ਕਿਉਂ ਨਹੀਂ ਠੀਕ ਹੋ ਰਿਹਾ ਅੱਜ ਅਸੀਂ ਵੂਮੈਨ ਸੈੱਲ ਦੇ ਇੰਚਾਰਜ ਨਾਲ ਗੱਲ ਕੀਤੀ ਹੈ ਲੇਕਿਨ ਕਿਤੇ ਨਾ ਕਿਤੇ ਉਹ ਪੱਲਾ ਝਾੜਦੇ ਨਜ਼ਰ ਆਏ ਨੇ ਜਿਵੇਂ ਪੁੱਛਿਆ ਗਿਆ ਵੀ ਬਾਥਰੂਮ ਬਾਰੇ ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਖਾਲੀ ਬੋਤਲ ਨੇ ਉਹ ਸਾਡੇ ਸਫਾਈ ਕਰਮਚਾਰੀ ਜਿਹੜਾ ਵਾ ਉਹ ਰੱਖ ਕੇ ਜਾਂਦਾ ਉਹ ਵੇਚਣ ਵਾਸਤੇ ਅਤੇ ਜੋ ਰੱਦੀ ਵੱਲ ਪੁੱਛਿਆ ਗਿਆ ਉਹਨਾਂ ਕਿਹਾ ਵੀ ਸਾਡੀਆਂ ਰੱਦੀ ਆ ਫਾਈਲਾਂ ਨੇ ਇਹ ਕਿਸੇ ਕੰਮ ਨਹੀਂ ਆ ਜਦਕਿ ਹੋ ਸਕਦਾ ਵੀ ਕਿਸੇ ਨਾ ਕਿਸੇ ਕੰਮ ਦੀਆਂ ਹੋਣ ਕਿਸੇ ਨਾ ਕਿਸੇ ਕੇਸ ਦੀਆਂ ਨਾਲ ਜੁੜੀਆਂ ਹੋਣ ਲੇਕਿਨ ਜਦੋਂ ਬਾਥਰੂਮ ਬਾਰੇ ਪੁੱਛਿਆ ਗਿਆ ਤਾਂ ਕਹਿੰਦੇ ਵੀ ਸਾਡਾ ਜਿਹੜਾ ਸੀਵਰੇਜ ਦਾ ਕੰਮ ਚੱਲ ਰਿਹਾ ਉਹ ਸਾਡਾ ਬਲੋਕ ਜੇ ਲੇਕਿਨ ਵੇਖਣ ਵਾਲੀ ਗੱਲ ਹੈ ਵੀ ਬਲੋਕ ਸਿਰਫ ਇਹੀ ਹੋਣਾ ਵਾ ਬਾਕੀ ਜਿਹੜੇ ਹੈਗੇ ਆ ਉਹ ਚੱਲ ਰਹੇ ਨੇ ਸਿਰਫ ਇੱਕੋ ਚੀਜ਼ ਬਲੋਕ ਸੀਵਰੇਜ ਬਲੋਕ ਹੋ ਜਾਣਾ ਦਾ ਖੈਰ ਕਿਤੇ ਨਾ ਕਿਤੇ ਤਾਂ ਇਹਨਾਂ ਦੇ ਕੋਈ ਨਾ ਕੋਈ ਤਾਂ ਗੱਲ ਹੈਗੀ ਆ ਜਿਹੜੀ ਖੁੱਲ੍ਹ ਕੇ ਸਾਹਮਣੇ ਨੂੰ ਆ ਰਹੀ ਕਈ ਵਾਰ ਸਾਡੇ ਨਾਲ ਆਪਣੇ ਦੋ ਮੈਂ ਜਸਵਿੰਦਰ ਬੇਦੀ ਪ੍ਰਾਈਮ ਦੇ ਗੁਰਦਾਸਪੁਰ